ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੌਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਪੰਥ ਆ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਇਹ ਉਹਨਾਂ ਅਣਖੀ ਸੂਰਮਿਆਂ ਦਾ ਪੰਥ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜੀਉਂਦੇ ਹਨ ਉਹ ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਂਤ ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ ਫਿਰਦੋਰਾ ਦੇ ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਇਹ ਉਹਨਾਂ ਅਣਖੀ ਸੂਰਮਿਆਂ ਦਾ ਪੰਥ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜੀਉਂਦੇ ਹਨ ਉਹ ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਂਤ ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ ਉਹ ਨਾ ਹੀ ਰਾਜ ਚਾਹੁੰਦੇ ਹਨ ਅਤੇ ਨਾ ਹੀ ਮੁਕਤੀ ਕੇਵਲ ਮਨਪ੍ਰੀਤ ਚਰਨ ਕਮਲਾਰੇ ਦੀ ਧਾਰਣੀ ਹਨ ਨਾ ਹੀ ਉਹ ਯੋਗ ਦੀ ਰਹੱਸਪੂਰਨ ਅਤੇ ਨਾ ਹੀ ਭੋਗ ਦੀ ਵਾਸ਼ਨਾਪੂਰਨ ਖੁਸ਼ੀ ਦੇ ਇੱਛਕ ਹਨ ਉਹ ਤਾਂ ਕੇਵਲ ਉਸ ਦਾ ਪਿਆਰ ਅੰਮ੍ਰਿਤ ਮੰਗਦੇ ਹਨ ਉਸਦੀ ਬਾਣੀ ਦੀ ਸ਼ਬਨਮ ਦੇ ਛਲਕ ਦੇ ਜਾਮ ਉਹ ਜੀਵਨ ਦੇ ਦਾਰਸ਼ਨਿਕ ਗਮਾਂ ਨਾਲ ਭਰੇ ਪੀਤੇ ਪਏ ਹਨ ਅਤੇ ਉਹ ਆਪਣੀ ਪਿਆਸ ਅਤੇ ਸਭ ਦੁਖੀਆਂ ਦੀ ਪਿਆਸ 부ਜਾਵਣ ਲਈ ਬਬੀਹੇ ਵਾਂਗ ਸੁਆਂਤੀ ਬੂੰਦ ਨੂੰ ਟੇਰਦੇ ਹਨ ਮਹਿਬੂਬ ਦਾ ਨਾਮ ਜਪਣ ਨਾਲ ਹੀ ਉਹ ਇਸ ਰੋਹਾਨੀ ਸਥਿਤੀ ਨੂੰ ਕਾਇਮ ਰੱਖ ਸਕਦੇ ਹਨ ਅਤੇ ਕਿਉਂਕਿ ਉਹਨਾਂ ਦੀ ਇਹ ਪਿਆਸ ਅਸੀਮ ਹੈ ਅਤੇ ਜਾਪ ਪੰਛੀਆਂ ਦੀ ਨਿਰੰਤਰ ਕੂਕ ਵਰਗਾ ਫਿਰ ਦੁਰਾ ਦੇਈਏ ਮਹਿਬੂਬ ਦਾ ਨਾਮ ਜਪਣ ਵਾਲੀ ਉਹ ਇਸ ਰੂਹਾਨੀ ਸਥਿਤੀ ਨੂੰ ਕਾਇਮ ਰੱਖ ਸਕਦੇ ਹਨ ਅਤੇ ਕਿਉਂਕਿ ਉਹਨਾਂ ਦੀ ਇਹ ਪਿਆਸ ਅਸੀਮ ਹੈ ਅਤੇ ਜਾਪ ਪੰਛੀਆਂ ਦੀ ਨਿਰੰਤਰ ਕੂਕ ਵਰਗਾ ਰੂਹਾਨੀ ਮਰਦਾਨਗੀ ਦਾ ਭੇਦ ਮਹਿਬੂਬ ਪ੍ਰਤੀ ਵਿਕਸਿਆ ਪਿਆਰ ਹੈ ਅਤੇ ਇਹ ਪਿਆਰ ਗੁਰੂ ਬਾਣੀ ਦੇ ਨਿਰੰਤਰ ਪਾਠ ਅਤੇ ਗੁਰੂ ਦਾ ਨਾਮ ਜਪਣ ਵਿੱਚ ਹੈ ਇਸ ਪੰਥ ਦੀ ਰੰਗ ਰਤੜੀ ਹਸਤੀ ਬਾਣੀ ਨਾਲ ਜੁੜੀ ਪਿਆਰ ਵੀ ਗੁੱਤੀ ਸ਼ਕਤੀਸ਼ਾਲੀ ਅਤੇ ਨਿਮਰ ਨਿਰਭੈ ਮੌਤ ਨੂੰ ਮਖੌਲਾ ਕਰਦੀ ਮੌਤ ਨੂੰ ਜਫੀਆਂ ਪਾਉਂਦੀ ਮਾਲਕ ਦੇ ਨਾਮ ਤੋਂ ਸਦਾ ਨਿਰਸਵਾਰਥ ਜਨਵਾਰ ਦੇਂਦੀ ਸ਼ਮਾ ਦੁਆਲੇ ਪਰਵਾਨੇ ਵਾਂਗ ਸੜ ਉਠਦੀ ਨਾਇਕਾਂ ਵਾਂਗ ਜੀਉਂਦੀ ਚੰਦਰਮੰਡਲ ਵਾਂਗ ਚਮਕਦੀ ਮਸਤੀ ਭਰੀ ਹਰ ਸਮੇਂ ਮਿਠਤ ਉਲਸਾਈ ਜੀਵਨ ਦੇ ਗਮਾਂ ਤੋਂ ਉੱਪਰ ਉੱਠੀ ਸਰਬਤ ਦਾ ਭਲਾ ਮੰਗਦੀ ਅਤੇ ਨਿਸ਼ਕਾਮ ਵਿਚਰਦੀ ਹੈ ਛੁਟ ਉਸਦੇ ਨਾਮ ਜਪਣ ਤੋਂ ਸਵਾਸ ਸਵਾਸ ਨਾਮ ਜਪਣਾ ਸਚਾਈ ਹੈ ਨਿਜੀ ਸਚਾਈ ਅਤੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਲਈ ਪੂਰਨ ਸਚਾਈ ਫਿਰ ਦੁਰਾਦਈ ਇਸ ਪੰਥ ਦੀ ਰੰਗ ਰਤੜੀ ਹਸਤੀ ਬਾਣੀ ਨਾਲ ਜੁੜੀ ਪਿਆਰ ਵੀ ਗੁੱਤੀ ਸ਼ਕਤੀਸ਼ਾਲੀ ਅਤੇ ਨਮਰ ਨਿਰਭੈ ਮੌਤ ਨੂੰ ਮਖੋਲਾ ਕਰਦੀ ਮੌਤ ਨੂੰ ਜਫੀਆਂ ਪਾਉਂਦੀ ਮਾਲਕ ਦੇ ਨਾਂ ਤੋਂ ਸਦਾ ਨਿਰਸਵਾਰਥ ਜਾਨਵਾਰ ਦੇ ਦੀ ਸ਼ਮਾ ਦੁਆਲੇ ਪਰਵਾਨੇ ਵਾਂਗ ਸੜ ਉੱਠਦੀ ਨਾਇਕਾ ਵਾਂਗ ਜੀਉਂਦੀ ਚੰਦਰਮੰਡਲ ਵਾਂਗ ਚਮਕਦੀ ਮਸਤੀ ਭਰੀ ਹਰ ਸਮੇਂ ਮਿਠਤ ਉਲਸਾਈ ਜੀਵਨ ਦੇ ਗਮਾਂ ਤੋਂ ਉੱਪਰ ਉੱਠੀ ਸਰਬੱਤ ਦਾ ਭਲਾ ਮੰਗਦੀ ਅਤੇ ਨਿਸ਼ਕਾਮ ਵਿਚਰਦੀ ਹੈ ਛੁਟ ਉਸ ਦੇ ਨਾਮ ਜਪਣ ਤੋਂ ਸਵਾਸ ਸਵਾਸ ਨਾਮ ਜਪਣਾ ਸਚਾਈ ਹੈ ਨਿਜੀ ਸਚਾਈ ਅਤੇ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਲਈ ਸੰਪੂਰਨ ਸਚਾਈ ਜਿਵੇਂ ਕਿ ਗੁਰੂ ਸਾਹਿਬਾਂ ਫਰਮਾਇਆ ਹੈ ਅਜੇਈ ਅਗੰਮੀ ਹਸਤੀ ਦੀ ਪਛਾਣ ਜੋ ਰਬ ਵਾਂਗ ਨਿਰਆਕਾਰ ਹੈ ਮਨ ਮੰਦਰ ਵਿੱਚ ਨਾਮ ਦੀ ਜੋਤ ਜੀਵਨ ਸ਼ਮਨ ਨੂੰ ਸਦਾ ਬਲਦਿਆਂ ਰੱਖਣ ਨਾਲ ਹੁੰਦੀ ਹੈ ਜਿਸ ਦੇ ਮਨ ਮੰਦਰ ਵਿੱਚ ਅਜੇਈ ਸ਼ਮਾ ਨਿਸਵਾਸਰ ਬਲਦੀ ਰਹੇ ਉਹ ਸੱਚਾ ਖਾਲਸਾ ਹੈ ਉਸ ਜੋਤ ਦਾ ਚਿਨਾਤਮਕ ਪ੍ਰਗਟਾਵਾ ਨਾਮ ਜਪਣਾ ਹੈ ਮਨੁੱਖ ਦੇ ਸਵਾਸ ਉਸ ਨਾਲ ਗੂੰਜਦੇ ਹਨ ਅਤੇ ਰੋਮ-ਰੋਮ ਵਿੱਚ ਉਸ ਦਾ ਅੰਮ੍ਰਿਤ ਭਰਿਆ ਪਿਆ ਹੈ ਉੱਪਰ ਲੀਆਂ ਪਿਪੜੀਆਂ ਅੱਖਾਂ ਉੱਪਰ ਵੱਲ ਅੱਧ ਤੱਕ ਪੁੱਜ ਜਾਂਦੀਆਂ ਹਨ ਮੱਥਾ ਅੰਮ੍ਰਿਤ ਭਿਨਾ ਹੋ ਜਾਂਦਾ ਹੈ ਜਿਵੇਂ ਕਿ ਉਹ ਕੋਈ ਸੋਮਾ ਹੋਵੇ ਅਤੇ ਹਜ਼ਾਰਾਂ ਸਾਫ਼ ਚਸ਼ਮੇ ਇਸ ਹਿਮਾਲਿਆ ਵਿੱਚੋਂ ਨੂੰ ਵਹਿ ਰਹੇ ਹੋਣ ਜੋ ਕੇਵਲ ਇੱਕ ਮਨੁੱਖ ਦੀ ਧਰਤੀ ਨੂੰ ਜ਼ਰਖੇਜ਼ ਨਹੀਂ ਕਰ ਦੇ ਸਗੋਂ ਉਹਨਾਂ ਸਾਰਿਆਂ ਦੀਨੂੰ ਜੋ ਉਸ ਦੀ ਜ਼ਦ ਵਿੱਚ ਆਉਂਦੇ ਹਨ ਖਾਲਸ ਕਿਸੇ ਝੀਲ ਸੋਮੇ ਦਰਿਆ ਵਾਂਗ ਸੁੱਤੇ ਸਿਦ ਵਿਸ਼ਵ ਵਿਆਪੀ ਸਦ ਭਾਵਨਾ ਸ਼ਾਂਤ ਅਤੇ ਪਿਆਰ ਦੀਆਂ ਝਲਕਾਂ ਮਾਰਨ ਲੱਗ ਜਾਂਦਾ ਹੈ ਚਾਰੇ ਪਾਸੇ ਚਟਾਕ ਚਾਨਣਾ ਹੋ ਜਾਂਦਾ ਹੈ ਕੋਈ ਭੂਤ ਪ੍ਰੇਜ ਜਾਂ ਭੈੜੀ ਰੂਹ ਅਜਈ ਹਸਤੀ ਦੇ ਨੇੜੇ ਨਹੀਂ ਫਟਕ ਸਕਦੀ ਉਹਨਾਂ ਦਾ ਨੀਤੀ ਸ਼ਾਸਤਰ ਕਿਤਾਬੀ ਨਹੀਂ ਅਲਜਬਰ ਦੇ ਫਾਰਮੂਲਿਆਂ ਦਾ ਵੀ ਨਹੀਂ ਅਖੋਤੀ اخਲਾਕੀ ਜਾਂ ਗੈਰ اخਲਾਕੀ ਕਰਨੀ ਨੂੰ ਚਤੁਰਾਈ ਨਾਲ ਸਹੀ ਸਿੱਧ ਕਰਨ ਦਾ ਵੀ ਨਹੀਂ ਉਹ ਆਪਣੀ ਪਵਿੱਤਰ ਨਿਸ਼ਕਾਮਤਾ ਕਾਰਨ ਕੁਦਰਤ ਦੀ ਰੂਹ ਨਾਲ ਇੱਕ ਸੁਰ ਹਨ ਉਹ ਪਰਬਤ ਹਨ ਦਰਿਆ ਹਨ ਬਦਲ ਹਨ ਅਤੇ ਫੁੱਲ ਹਨ ਜਿੱਥੇ ਵੀ ਕੋਈ ਗੁਲਾਬ ਦਾ ਫੁੱਲ ਹੈ ਉਹ ਖੁਸ਼ਬੋ ਆਲੇ ਦੁਆਲੇ ਆਪਣੇ ਆਪ ਖਿਲਰ ਦਿੰਦਾ ਹੈ ਖਾਲਸਾ ਆਪਣੀ ਰੂਹਾਨੀ ਮਿਠਤ ਨੂੰ ਧਰਤੀ ਦੇ ਜਿਸ ਕੋਨੇ ਤੇ ਵੀ ਹੋਵੇ ਵੰਡ ਹੀ ਨਹੀਂ ਦਿੰਦਾ ਸਗੋਂ ਤਾਂ ਆਪਣੇ ਆਪ ਨਿਕਲ ਨਿਕਲ ਪੈਂਦੀ ਹੈ ਇੱਕ ਜ਼ੋਰਦਾਰ ਸਿਹਰਦਤਾ ਨਾਲ ਉਹ ਸਦਾ ਦਇਆ ਦਾ ਸ਼ਹਿਜ਼ਾਦਾ ਹੈ ਗੁਰੂ ਅਮਰਦਾਸ ਕਿਸੇ ਵਿਧਵਾ ਦੇ ਉਸ ਦੇ ਪਤੀ ਦੇ ਸਵਰਗਵਾਸ ਹੋਣ ਤੇ ਪਾਏ ਕੀੜ ਨੇ ਅਤੇ ਕਿਸੇ ਮਾਂ ਦਾ ਆਪਣੇ ਪੁੱਤਰ ਦੀ ਮੌਤ ਤੇ ਕੀਤਾ ਵਿਰਲਾਪ ਨਹੀਂ ਸੰ ਸੁਣ ਸਕਦੇ ਅਤੇ ਇਸ ਤਰ੍ਹਾਂ ਹੋਇਆ ਕਿ ਮਾਲਕ ਦੇ ਨਿਵਾਸ ਸਥਾਨ ਗੋਇੰਦਵਾਲ ਵਿੱਚ ਉਹਨਾਂ ਦੇ ਜੀਵਨ ਭਰ ਦੇ ਸਮੇਂ ਦੇ ਦੌਰਾਨ ਅਜਿਹੀ ਕੋਈ ਦੁਰਘਟਨਾ ਨਹੀਂ ਹੋਈ ਗੁਰੂ ਤੇਗ ਬਹਾਦਰ ਮਨੁੱਖੀ ਦੁੱਖਾਂ ਨੂੰ ਬਰਦਾਸ਼ਤ ਨਹੀਂ ਸੰ ਕਰ ਸਕਦੇ ਉਹਨਾਂ ਦੀ ਬਾਣੀ ਅਥਰੂ ਭੀ ਜੀ ਅਸੀਮ ਵੈਰਾਗਮਈ ਹੈ ਜੇ ਉਸ ਨਾਲ ਦੁਖੀ ਮਨੁੱਖ ਨੂੰ ਖੁਸ਼ੀ ਅਤੇ ਮੁਕਤੀ ਮਿਲ ਸਕੇ ਗੁਰੂ ਗੋਬਿੰਦ ਸਿੰਘ ਦਾ ਭਾਰਤ ਦੇ ਗੁਲਾਮਾਂ ਪ੍ਰਤੀ ਪਰਮ ਭਾਵਨਾ ਕਾਰਨ ਤਿਆਗ ਵੀ ਅਸੀਮ ਹੈ ਉਹ ਤਾਂ ਦੁਖੀਆਂ ਦੀ ਹਾਲਤ ਨੂੰ ਸੁਧਾਰਨ ਲਈ ਆਪਣੇ ਰੱਬ ਦੀ ਵੀ ਕੁਰਬਾਨੀ ਦੇ ਦਿੰਦਾ ਹੈ 10 ਗੁਰੂ ਸਹਿਬਾਨ ਅਤੇ ਉਹਨਾਂ ਦੇ ਸਿੱਖਾਂ ਅਤੇ ਆਪਣੇ ਵਰਡਕਿਆਂ ਦੀ ਰੂਹਾਨੀ ਵਿਰਾਸਤ ਤੋਂ ਮਿਲਦੀ ਪ੍ਰੇਰਣਾ ਅਨਸਾਰ ਖਾਲਸਾ ਉਹ ਹੈ ਜੋ ਉਛਾ ਦੀ ਮਸ਼ਾਲ ਜਲਾਈ ਰੱਖਦਾ ਹੈ ਕਿਸੇ ਸੰਕਲਪ ਖਾਤਰ ਨਹੀਂ ਕਿਸੇ ਲਾਭ ਖਾਤਰ ਨਹੀਂ ਸਗੋਂ ਗੁਰੂ ਗੋਬਿੰਦ ਸਿੰਘ ਦੇ ਹੁਕਮ ਦੀ ਪਾਲਣਾ ਵਿੱਚ ਅਤੇ ਸਹਿਜੇ ਹੀ ਉਸ ਦੇ ਨਾਮ ਸਿਮਰਨ ਵਿੱਚ ਜੁੜਿਆ ਰਹਿੰਦਾ ਹੈ ਖਾਲਸਾ ਆਪਣੀ ਰੂਹ ਦੇ ਟਾਂਗੇ ਦਾ ਕੋਚਵਾਨ ਹੈ ਜਦੋਂ ਸਿਮਰਨ ਦੀ ਜੋਤ ਜਗਦੀ ਹੈ ਸਿੱਖ ਮਰ ਜਾਂਦਾ ਹੈ ਜਿਵੇਂ ਰੁੱਖ ਨੂੰ ਬੂਰ ਪੈਂਦਾ ਹੈ ਉਸ ਤਰ੍ਹਾਂ ਸਿੱਖ ਨਾਮ ਅਤੇ ਸਿਮਰਨ ਦੀ ਖੁਸ਼ੀ ਨਾਲ ਖੇੜੇ ਤੇ ਆ ਜਾਂਦਾ ਹੈ ਫਿਰ ਦौरा ਦਈ ਖਾਲਸਾ ਆਪਣੀ ਰੂਹ ਦੇ ਟਾਂਗੇ ਦਾ ਕੋਚਵਾਨ ਹੈ ਜਦੋਂ ਸਿਮਰਨ ਦੀ ਜੋਤ ਜਗਦੀ ਹੈ ਸਿੱਖ ਮਰ ਜਾਂਦਾ ਹੈ ਜਿਵੇਂ ਰੁੱਖ ਨੂੰ ਬੂਰ ਪੈਂਦਾ ਹੈ ਉਸ ਤਰ੍ਹਾਂ ਸਿੱਖ ਨਾਮ ਅਤੇ ਸਿਮਰਨ ਦੀ ਖੁਸ਼ੀ ਨਾਲ ਖੇੜੇ ਤੇ ਆ ਜਾਂਦਾ ਹੈ ਜਿਵੇਂ ਰੁੱਖ ਚਲਦੀ ਹਵਾ ਨੂੰ ਆਪਣੀ ਉਤਮ ਵਸਤੂ ਦੇ ਦਿੰਦਾ ਹੈ ਇਸ ਤਰ੍ਹਾਂ ਸਿੱਖ ਸਭ ਨੂੰ ਸਰਵਸਵ ਦੇ ਦਿੰਦਾ ਹੈ ਮੇਰੀ ਅਧਿਆਤਮਕ ਕਰਨੀ ਲਈ ਮੈਂ ਨਹੀਂ ਉਹ ਜ਼ਿੰਮੇਵਾਰ ਹੈ ਜੋ ਬਸੰਤ ਸਮੇਂ ਹਰ ਰੁੱਖ ਤੇ ਜੋ ਬਣ ਲੈ ਆਉਂਦਾ ਹੈ ਜੋ ਸਾਰਿਆਂ ਨੂੰ ਚਮਕ ਬਖਸ਼ਦਾ ਹੈ ਮੈਂ ਜੀਵਨ ਭੇਦ ਪਾ ਲਿਆ ਹੈ ਅਤੇ ਮੈਂ ਆਪਣੇ ਆਪ ਨੂੰ ਬਦਲ ਦੀ ਟੁਕੜੀ ਵਾਂਗ ਰੱਖਦਾ ਹਾਂ ਉਸਦੇ ਆਦੇਸ਼ ਵਿੱਚ ਵਸ ਪੈਂਦਾ ਹਾਂ ਬਿਜਲੀ ਬਣ ਚਮਕ ਪੈਂਦਾ ਹਾਂ ਮੇਰੀ ਕਰਨੀ ਮੇਰੇ ਜਜ਼ਬਾਤ ਦੀ ਮੂੰਹ ਬੋਲਦੀ ਤਸਵੀਰ ਹੈ ਅਜੇ ਉਸ ਦੀ ਖੁਸ਼ੀ ਹੈ ਸਾਰੇ ਕਾਰਜ ਮੇਰੇ ਲਈ ਉਸੇ ਸੁਪਨਮਈ ਲੈ ਵਿੱਚ ਸੈੱਟ ਹਨ ਅਜੇ ਉਸ ਦੀ ਰਜ਼ਾ ਹੈ ਸੰਸਾਰ ਦੇ ਸੱਚ ਮੇਰੇ ਲਈ ਝੂਠ ਹਨ ਉਹਨਾਂ ਲਈ ਨਿਰਵਾਦ ਹਨੇਰੇ ਦੇ ਵਿਚਾਰ ਹਨ ਗੈਰ ਹਕੀਕੀ ਪੂਤਾਂ ਵਰਗੇ ਜਿਨ੍ਹਾਂ ਦੀ ਛਾਇਆ ਤੋਂ ਵੀ ਮੈਨੂੰ ਡਰ ਲੱਗਦਾ ਹੈ ਅਤੇ ਜਿਨ੍ਹਾਂ ਤੋਂ ਮੈਂ ਦੂਰ ਭਜਦਾ ਹਾਂ ਫਿਰ ਦੁਹਰਾ ਦਈਏ ਸੰਸਾਰ ਦੇ ਸੱਚ ਮੇਰੇ ਲਈ ਝੂਠ ਹਨ ਉਹਨਾਂ ਲਈ ਨਿਰਵਾਦ ਹਨੇਰੇ ਦੇ ਵਿਚਾਰ ਹਨ ਗੈਰ ਹਕੀਕੀ ਪੂਤਾਂ ਵਰਗੇ ਜਿਨ੍ਹਾਂ ਦੀ ਛਾਇਆ ਤੋਂ ਵੀ ਮੈਨੂੰ ਡਰ ਲੱਗਦਾ ਹੈ ਅਤੇ ਜਿਨ੍ਹਾਂ ਤੋਂ ਮੈਂ ਦੂਰ ਪਛਦਾ ਹਾਂ ਮੇਰੇ ਪੰਥ ਦੇ ਤਾਂ ਮਨੁੱਖਤਾ ਦੇ ਇਤਿਹਾਸ ਵਿੱਚ ਵਿਰਲੇ ਹੀ ਹਨ ਜਿਹੜੇ ਆਪਣੇ ਆਪ ਨੂੰ ਖਾਲਸਾ ਖਵਾਉਂਦੇ ਹਨ ਪਰ ਅੰਦਰੋਂ ਰੂਹਾਨੀ ਤੌਰ ਤੇ ਨਿਰਯਤਨ ਇਲਹਾਮੀ ਹਨ ਅਤੇ ਅਚੇਤ ਤੌਰ ਤੇ ਗੁਰੂ ਦੇ ਨਹੀਂ ਹਨ ਦਾ ਨਾਂ ਸੂਚੀ ਵਿੱਚੋਂ ਕੱਢ ਦਿੱਤਾ ਗਿਆ ਹੈ ਉਨਾ ਸਾਰਿਆਂ ਨੂੰ ਜਿਨ੍ਹਾਂ ਨੂੰ ਰੂਹਾਨੀ ਜੀਵਨ ਦੀ ਖਾਲਸੇ ਵਾਲੀ ਸਥਿਤੀ ਪ੍ਰਾਪਤ ਹੈ ਹੀ ਗੁਰੂ ਗੋਬਿੰਦ ਸਿੰਘ ਦੇ ਘਰ ਵਿੱਚ ਥਾਂ ਮਿਲਦੀ ਹੈ ਅਤੇ ਉਹ ਸਾਡੇ ਹਨ ਪੰਥ ਦਾ पसारा ਹਵਾ ਪਾਣੀ ਅੱਗ ਬਦਲਾ ਸੂਰਜ ਅਤੇ ਤਾਰਿਆਂ ਵਿੱਚ ਹੈ ਮੈਂ ਇਸ ਪਵਿੱਤਰ ਗੁਪਤ ਪੰਥ ਦੀ ਜੈ ਕਰ ਫੁੱਲਾਂ ਦੀਆਂ ਪੱਤੀਆਂ ਪ੍ਰਕਿਰਤ ਨਜ਼ਾਰਿਆਂ ਦੀ ਸੁੰਦਰਤਾ ਤੋਂ ਘੜੇ ਸੰਗੀਤ ਰੂਪੀ ਬੁੱਤਾਂ ਤੋਂ ਸੁਣਦਾ ਹਾਂ ਬਦਲ ਮੇਰੇ ਨਾਲ ਹਮਦਰਦੀ ਕਰਦਾ ਹੈ ਅਤੇ ਸੂਰਜ ਦਾ ਮੇਰੇ ਪ੍ਰਤੀ ਪਿਆਰ ਅਸੀਮ ਅਤੇ ਬਿਨਾ ਕਿਸੇ ਸ਼ਰਤਾਂ ਹੈ ਮਰਦਾਂ ਤੇ ਇਸਤਰੀਆਂ ਦੀ ਸੰਗਤ ਵਿੱਚ ਇੱਕ ਵਰਦਪਨ ਹੈ ਇੱਕ ਨਾਦਰ ਚਲਕਾਰ ਜੋ ਕਿਸੇ ਇਕੱਲੇ ਵਿੱਚ ਨਹੀਂ ਇੱਕ ਚਮਕਾਰ ਬਦਲਾਂ ਦੇ ਇਕੱਠ ਵਿੱਚੋਂ ਨਿਕਲਣ ਵਾਂਗ ਲੋਕਾਂ ਦੀ ਸੰਗਤ ਵਿੱਚੋਂ ਨਿਕਲਦਾ ਹੈ ਇਹਨਾਂ ਸਾਰਿਆਂ ਵਿੱਚ ਮਾਲਕ ਦੀ ਚਮਕਾ ਮਾਰਦੀ ਕਲਗੀ ਦੀ ਚਮਕ ਹੈ ਜੋ ਉਲਾਉਂਦਾ ਹੈ ਅਤੇ ਨੀਲੇ ਘੋੜੇ ਤੇ ਚੜਿਆ ਖਾਲਸੇ ਦੇ ਸਿੱਖਾਂ ਦੇ ਘਰ ਹੀ ਜਾਂਦਾ ਹੈ ਭਾਈ ਵੀਰ ਸਿੰਘ ਜੀ ਦੇ ਸ਼ਬਦਾਂ ਵਿੱਚ ਇਸ ਪੰਥ ਦੇ ਸਿਧਾਂਤ ਇਹਨਾਂ ਪੰਜ ਸ਼ਬਦਾਂ ਵਿੱਚ ਨਿਹਿਤ ਹਨ ਨਾਮ ਦਾਨ ਇਸ਼ਨਾਨ ਕੀਰਤ ਕਰਨਾ ਅਤੇ ਵਣ ਛਕਣਾ ਹਾਂਜੀ ਪਾਈ ਵੀਰ ਸਿੰਘ ਜੀ ਦੇ ਸ਼ਬਦਾਂ ਵਿੱਚ ਇਸ ਪੰਥ ਦੇ ਸਿਧਾਂਤ ਇਹਨਾਂ ਪੰਜ ਸ਼ਬਦਾਂ ਵਿੱਚ ਨਹਿਤ ਹਨ ਨਾਮ, ਦਾਨ, ਇਸ਼ਨਾਨ, ਕਿਰਤ ਕਰਨਾ ਅਤੇ ਵਣ ਛਕਣਾ ਗੁਰੂ ਰੂਪਿਆਰੀ ਸਾਧ ਸੰਗਤ ਜੀ ਹੁਣ ਇਹ ਨਾਮ ਦਾਨ ਇਸ਼ਨਾਨ ਦਾ ਵਿਸਥਾਰ ਇਸ ਲੇਖ ਦੇ ਅਗਲੇ ਭਾਗ ਵਿੱਚ ਆਪ ਜੀ ਨੂੰ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ